ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ। ਪਿੰਡ ਸਵੱਦੀ ਕਲਾਂ 'ਚ ਪਏ ਥੋੜ੍ਹੇ ਜਿਹੇ ਮੀਂਹ ਨੇ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦੀਆਂ ਪੋਲਾਂ ਖੋਲ੍ਹ ਕੇ ਰੱਖ ਦਿੱਤੀਆਂ। ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਜਾ ਵੜਿਆ ਅਤੇ ਲੋਕ ਸਰਕਾਰਾਂ ਨੂੰ ਕੋਸਦੇ ਨਜ਼ਰ ਆ ਰਹੇ। ਲੈਜਿਸਲੇਸ਼ਨ ਦੇ ਵਿੱਚੋਂ ਲੈ ਕੇ ਕੀ ਆ ਰਹੀ ਹੈ ਕੇਂਦਰ ਸਰਕਾਰ, ਇਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਪਾਵਰਸ ਨੇ ਉਹ ਕੇਂਦਰ ਨੇ ਆਪਦੇ ਕੋਲ ਸੈਂਟਰਲਾਈਜ਼ ਕਰ ਲੈਣੀਆਂ ਨੇ। ਸਬ ਲਾਇਸੈਂਸੀ ਜਾਂ ਫਰੈਂਚਾਈਜ਼ ਡਿਸਟ੍ਰੀਬਿਊਸ਼ਨ ਦੇ ਖੇਤਰ ਦੇ ਵਿੱਚ ਪ੍ਰਾਈਵੇਟ ਜਨਰੇਸ਼ਨ ਦੇ ਖਿੱਚ ਤਾਂ ਆਲਰੇਡੀ ਪ੍ਰਾਈਵੇਟ ਪਲੇਅਰ ਹੈਗੇ, ਪਰ ਡਿਸਟ੍ਰੀਬਿਊਸ਼ਨ ਦੇ ਖੇਤਰ ਦੇ ਵਿੱਚ ਇਹ ਲੈਜਿਸਲੇਸ਼ਨ ਲੈ ਕੇ ਆ ਰਹੀ ਹੈ, ਜਿਹਦੇ ਵਿੱਚ ਜਿਵੇਂ ਅੰਬਾਨੀ ਅਡਾਨੀ ਵੱਡੇ ਵੱਡੇ ਜਿਹੜੇ ਹੈਗੇ ਘਰਾਣੇ ਉਹ ਟੇਕ ਓਵਰ ਕਰ ਲੈਣਗੇ ਔਰ ਉਹਨਾਂ ਦੀ ਮਰਜ਼ੀ ਹੋਊਗੀ ਵੀ ਕਿ ਲੁਧਿਆਣਾ ਲੈਣਾ ਕਿ ਜਲੰਧਰ ਲੈਣਾ ਕਿ ਅੰਮ੍ਰਿਤਸਰ ਲੈਣਾ। ਚੰਗੇ ਚੰਗੇ ਜਿਹੜੇ ਏਰੀਏ ਰੈਵਨਿਊ ਜਿਹੜੀਆਂ ਮਿਲਕਿੰਗ ਕਾਊਸ ਹੋਣਗੀਆਂ ਜਿੱਥੋਂ ਰੈਵਨਿਊ ਜਨਰੇਟ ਹੁੰਦਾ ਹੋਊਗਾ ਉਹ ਇਹਨਾਂ ਨੇ ਲੈ ਲੈਣੇ ਨੇ ਤੇ ਸਾਡੇ ਪਿੰਡਾਂ ਵਾਲੇ ਚਾਹੇ ਉਹ ਸੁਨਾਮ ਹੈ ਚਾਹੇ ਭਲਾਡਾ ਹੈ ਬਰੇਟਾ ਖਨੌਰੀ ਹੈ ਲਹਿਰ ਹੈ ਉਹ ਸਾਰੇ ਦੇ ਸਾਰੇ ਨੂੰ PSPCL ਕੋਲ ਰਹਿ ਜਾਣੇ ਨੇ। ਇਹ ਉਸੇ ਤਰੀਕੇ ਨਾਲ ਹੋਣ ਜਾ ਰਿਹਾ ਜਿਵੇਂ ਟਰਾਂਸਪੋਰਟ ਸੈਕਟਰ ਦੇ ਵਿੱਚ ਜਿੰਨੇ ਮਲਾਈਦਾਰ ਪਰਮਿਟ ਨੇ ਉਹ ਸਾਰੇ ਬਾਦਲਾਂ ਕੋਲੇ ਤੇ ਬਾਕੀ ਲੀਡਰਾਂ ਕੋਲੇ ਨੇ ਤੇ ਡਿਸਟ੍ਰੀਬਿਊਸ਼ਨ ਦੀਆਂ ਕੰਪਨੀਆਂ ਨੇ ਜਿਹੜੀਆਂ ਮਲਾਈਦਰ ਮਾਲ ਹੋਊਗਾ ਉਹ ਇਹ ਲਾ ਕੇ ਲੈ ਜਾਣਗੇ ਤੇ ਜਿੰਨੀ ਲੱਸੀ ਵੱਜ ਜੂਗੀ ਉਹ ਪੰਜਾਬ ਸਰਕਾਰ ਕੋਲ PSPCL ਕੋਲ ਹੋਣਾ। ਹੁਣ ਇਸ ਤੋਂ ਅੱਗੇ ਕਿ ਇਹਦੇ ਚ ਸਬਸਿਡੀਜ਼ ਔਰ ਕ੍ਰੋਸ ਸਬਸਿਡੀਜ਼ ਨੇ ਜਿਹੜੀਆਂ ਚਾਹੇ ਖੇਤੀ ਸੈਕਟਰ ਨੇ ਚਾਹੇ SC ਸੈਕਟਰ ਨੂੰ ਚਾਹੇ ਇੰਡਸਟਰੀ ਸੈਕਟਰ ਨੂੰ ਜਿੰਨੀ ਦਿੱਤੀ ਜਾਂਦੀ ਔਰ ਕ੍ਰੋਸ ਸਬਸਿਡਾਈਜੇਸ਼ਨ ਹੁੰਦੀ ਹੈ ਉਹ ਸਾਰੀ ਦੀ ਸਾਰੀ ਬੰਦ ਹੋ ਜੂ। ਪੰਜਾਬ ਸਰਕਾਰ ਦੇ ਹੱਥ ਨੇ ਜਿਹੜੇ ਉਹ ਟੋਟਲੀ ਵੱਡੇ ਜਾਣੇ ਨੇ ਉਹ ਕਿਸੇ ਸੈਕਸ਼ਨ ਨੂੰ ਕੋਈ ਬੈਨੀਫਿਟ ਨਹੀਂ ਦੇ ਸਕਣੇ ਹੈਗੇ। ਇੱਥੋਂ ਤੱਕ ਘਾਤਕ ਨੇ ਇਹ ਦੋਸਤੋ ਇਹ ਜਿਹੜਾ ਲੈਜਿਸਲੇਸ਼ਨ ਲੈ ਕੇ ਆ ਰਹੀ ਹੈ ਕੇਂਦਰ ਸਰਕਾਰ।
ਕਿ ਜਿਹੜਾ ਜਨਰੇਟਰ ਹੈ ਜਿਵੇਂ ਸਪੋਜ਼ ਤਲਵੰਡੀ TSPL ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਹੈ ਜਾਂ GVK ਗੋਇੰਦਵਾਲ ਸਾਹਿਬ ਹੈ ਜਾਂ ਰਾਜਪੁਰੇ ਦੇ ਵਿੱਚ ਪ੍ਰਾਈਵੇਟ ਥਰਮਲ ਪਲਾਂਟ ਹੈ ਜਾਂ ਜਿਹੜੇ ਕੋਈ ਹੋਰ ਵੀ ਆਉਣਗੇ ਉਹਨਾਂ ਨੂੰ ਜਨਰੇਸ਼ਨ ਦਾ ਐਸ਼ਿਓਰਡ ਗਰੰਟੀ ਹੈ ਜਿਹੜੀ ਪੇਮੈਂਟ ਉਹਨਾਂ ਦੀ ਕਦੇ ਮਰੂਗੀ ਨਹੀਂ ਚਾਹੇ ਜੋ ਮਰਜ਼ੀ ਹੋ ਜਾਏ ਉਹਨਾਂ ਨੂੰ ਗਰੰਟੀ ਹੈ ਜਿਹੜੀ ਸਰਕਾਰ ਦਊਗੀ ਪਰ ਸਰਕਾਰ ਨੂੰ ਪੈਸਾ ਕਿੱਥੋਂ ਆਉਣਾ ਹੈ ਇਹਦੀ ਗਰੰਟੀ ਕੋਈ ਨਹੀਂ ਹੈਗੀ ਜੇ ਇਹਨਾਂ ਨੂੰ ਸਰਕਾਰ ਗਰੰਟੀ ਨਹੀਂ ਦਊਗੀ ਤਾਂ ਉਹਦੇ ਵਿੱਚ ਜਿਹੜਾ ਲੋਡ ਡਿਸਪੈਚ ਸੈਂਟਰ ਹੁੰਦਾ ਜਿੱਥੋਂ ਸਾਰੇ ਪੰਜਾਬ ਦੇ ਵਿੱਚ ਬਿਜਲੀ ਛੱਡੀ ਜਾਂਦੀ ਹੈ ਉੱਥੋਂ ਬਿਜਲੀ ਛੱਡੀ ਹੋਈ ਨਹੀਂ ਜਾਣੀ ਹੈਗੀ ਮੈਂ ਤੁਹਾਨੂੰ ਟੈਕਨੀਕਲ ਪੁਆਇੰਟ ਦੱਸ ਰਿਹਾ ਤਾਂ ਕਿ ਸੁੱਤੀ ਵੀ ਸਰਕਾਰ ਨੂੰ ਆਪਾਂ ਦੋਸਤੋ ਜਗਾ ਸਕੀਏ ਫਿਰ ਸਿਕਿਉਰਿਟੀ ਮਕੈਨਿਜ਼ਮ ਸਰਕਾਰ ਵਾਸਤੇ ਕੋਈ ਨਹੀਂ ਲੋਕਾਂ ਵਾਸਤੇ ਕੋਈ ਨਹੀਂ ਪਰ ਜਿਹੜੀਆਂ ਵੱਡੇ ਅਡਾਨੀ ਅੰਬਾਨੀ ਵੱਡੇ ਘਰਾਉਣੇ ਵਾਲੇ ਨੇ ਉਹਨਾਂ ਵਾਸਤੇ ਪੂਰਾ ਮਕੈਨਿਜ਼ਮ ਹੈ ਜਿਹੜਾ ਉਹ ਹੋਏਗਾ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਰੇਕ ਸ਼ਹਿਰ ਦਾ ਹਰੇਕ ਗ੍ਰਿਡ ਦਾ ਹਰੇਕ ਸਰਕਲ ਦੇ ਆਪੋ ਆਪਣੇ ਰੇਟ ਤੈਅ ਹੋਣਗੇ ਜਿਵੇਂ ਮੈਂ ਪਹਿਲਾਂ ਕਿਹਾ ਮਲਾਈ ਦਾ ਕਿਸੇ ਹੋਰ ਕੋਲ ਹੋਊਗਾ ਤੇ ਲੱਸੀ ਹੈ ਜਿਹੜੀ ਉਹ ਪੰਜਾਬ ਸਰਕਾਰ ਕੋਲ ਰਹਿ ਜਾਣੀ ਹੈ ਉਹਦਾ ਬੋਝ ਹੈ ਜਿਹੜਾ ਅਲਟੀਮੇਟਲੀ ਲੋਕਾਂ ਕੋਲ ਹੀ ਆਉਣਾ ਹੈ ਲਾਈਨਾਂ ਦੀ ਮੇਨਟੇਨੈਂਸ ਹੈ ਜਿਹੜੀ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਲਾਈਨਾਂ ਦੀ ਮੇਨਟੇਨੈਂਸ ਗ੍ਰਿਡ ਮੇਨਟੇਨੈਂਸ ਟਰਾਂਸਫਾਰਮਰ ਮੇਨਟੇਨੈਂਸ ਹੈ ਜਿਹੜੀ ਉਹ ਸਰਕਾਰ ਕੋਲ ਯਾਨੀ ਕਿ ਡਿਸਕੋ PSPCL ਕਰੂਗੀ ਪਰ ਉਹਦੇ ਵਿੱਚੋਂ ਜਿਹੜੀ ਬਿਜਲੀ ਜਾਣੀ ਹੈ ਉਹਦਾ ਪੈਸਾ ਸਿੱਧਾ ਉਹ ਜਿਹੜਾ ਉਹ ਕੰਪਨੀਆਂ ਕੋਲ ਜਾਊਗਾ ਉਹ ਰਾਹੀਂ ਪ੍ਰਾਈਵੇਟ ਕੰਪਨੀਆਂ ਕਰਨਗੀਆਂ C2 ਦੇ ਗੋਲਡਨ ਜੁਬਲੀ ਦਿਵਸ 'ਤੇ ਸੁਰਿੰਦਰਾ ਸਟੀਲ ਮਿੱਲ ਵਿੱਚ 10 ਸਾਲ ਤੋਂ ਭੰਗ ਹੋਈ ਜਥੇਬੰਦੀ ਨੂੰ ਮੁੜ ਕੀਤਾ ਚਾਲੂ ਸੂਬਾਈ ਮੀਤ ਪ੍ਰਧਾਨ C2 ਸਰਦਾਰ ਜੋਗਿੰਦਰ ਸਿੰਘ ਔਲਖ ਨੇ ਪਾਰਟੀ ਦੇ ਝੰਡੇ ਨੂੰ ਲਹਿਰਾਉਣ ਦੀ ਰਸਮ ਕੀਤੀ ਅਦਾ ਅਤੇ ਨਾਅਰੇਬਾਜ਼ੀ ਵੀ ਕੀਤੀ ਜਿੰਦਾਬਾਦ ਜਿੰਦਾਬਾਦ